ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਆ? ਚਲੋ ਜੀ, ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਵਾ ਏ, ਅਤੇ ਠੰਡੀ ਠੰਡੀ ਚੱਲਦੀ ਆ ਹਵਾ ਅਤੇ ਮੀਂਹ ਵੀ ਪੈ ਰਿਹਾ ਏ। ਦੇਖੋ ਜੀ, ਅਚਾਨਕ ਮੌਸਮ ਖਰਾਬ ਹੋ ਗਿਆ ਸਵੇਰੇ, ਅਤੇ ਕੱਲ੍ਹ ਇੰਨੀ ਜ਼ਿਆਦਾ ਧੁੱਪਾਂ ਤੀ ਨਾ, ਕੱਲ੍ਹ ਬਹੁਤ ਵਧੀਆ ਤਾਂ ਪਤਾ ਨਹੀਂ, ਤਾਂ ਇੰਨੀ ਧੁੱਪ ਪੈਣ ਦੇ ਨਾਲ ਮੌਸਮ ਜ਼ਿਆਦਾ ਖਰਾਬ ਹੋ ਗਿਆ, ਅਤੇ ਇੱਧਰ ਅਸੀਂ ਖਿੱਚ ਦਿੱਤੀਆਂ ਨੇ ਜਾਣ ਦੀਆਂ ਤਿਆਰੀਆਂ, ਅਤੇ ਅੱਜ ਆਪਾਂ ਜਾਵਾਂਗੇ ਭੈਣ ਕੋਲ ਨੂੰ, ਅਤੇ ਹੁਣ ਕੱਪੜੇ ਪ੍ਰੈਸ ਕਰਨ ਲੱਗੇ ਹੋਏ ਹਾਂ। ਦੇਖੋ ਜੀ, ਜਿਹੜਾ ਮੈਂ ਉਦਣ ਜਾਮਣੀ ਸੂਟ ਦੀ ਗੱਲ ਕਰੀ ਸੀ ਨਾ, ਵੀ ਆਪਾਂ ਨੇ ਸੂਟ ਸਿਲਾਈ ਕਰਨ ਵਾਸਤੇ ਦਿੱਤਾ ਹੈ, ਅਤੇ ਉਹ ਸਿਲਾਈ ਹੋ ਕੇ ਆ ਗਿਆ ਹੈ, ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਅਤੇ ਇਸ ਤਰ੍ਹਾਂ ਨਾ ਜਾਮਣੀ ਕਲਰ ਦਾ ਹੈਗਾ ਸੂਟ, ਅਤੇ ਦੇਖੋ ਇਹ ਕਢਾਈ ਨਹੀਂ ਕੀਤੀ ਹੋਈ ਹੈਗੀ, ਇਹ ਪੇਂਟ ਕੀਤਾ ਹੋਇਆ ਹੈ, ਅਤੇ ਬਹੁਤ ਵਧੀਆ ਹੈ। ਦੇਖੋ ਉੱਪਰ ਨੂੰ ਨਾ ਇਸ ਤਰ੍ਹਾਂ ਵੇਲ ਜਾਂਦੀ ਆ, ਅਤੇ ਕਲਰ ਵੀ ਬਹੁਤ ਵਧੀਆ ਹੈ, ਵਿੱਚ ਨਾ ਛੋਟੇ ਛੋਟੇ ਫਲਾਵਰ ਜਿਹੇ ਆ। ਅਤੇ ਹੁਣ ਆਪਾਂ ਸੂਟ ਨੂੰ ਕਰਾਂਗੇ ਪ੍ਰੈਸ, ਅਤੇ ਮੇਰੀ ਬੇਟੀ ਕਰ ਦੂਗੀ ਪ੍ਰੈਸ ਹੁਣ। ਦੇਖੋ ਜੀ, ਇਹਦੇ ਨਾਲ ਦਾ ਹੀ ਨਾ ਇਸ ਤਰ੍ਹਾਂ ਦਾ ਹੀ ਪੇਂਟ ਕੀਤਾ ਹੋਇਆ ਦੁਪੱਟਾ ਹੈ, ਅਤੇ ਦੁਪੱਟਾ ਬਹੁਤ ਵਧੀਆ ਹੈ, ਲੰਬਾਈ ਚੜਾਈ ਦੁਪੱਟੇ ਦੀ ਨਾ ਬਹੁਤ ਵਧੀਆ ਲੱਗੀ ਆ ਮੈਨੂੰ, ਅਤੇ ਬਿਲਕੁਲ ਸਿਰ ਪਰ 'ਤੇ ਉਤਰਦਾ ਨਹੀਂ ਹੈਗਾ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ, ਅਤੇ ਆਪਾਂ ਤੁਹਾਨੂੰ ਨਾਲ ਨਾਲ ਦਿਖਾਉਂਦੇ ਹਾਂ। ਖੰਨਾ ਸ਼ਹਿਰ, ਇਹ ਦੇਖੋ ਹੁਣ ਮੌਸਮ ਦੇਖੋ ਕਿੰਨਾ ਵਧੀਆ ਹੋ ਗਿਆ, ਪੂਰੀ ਧੁੱਪ ਚਮਕ ਆਈ ਹੈ। ਚਲੋ ਜੀ, ਹੁਣ ਆਪਾਂ ਪਹੁੰਚ ਗਏ ਹਾਂ ਭੈਣ ਦੇ ਪਿੰਡ। ਚਲੋ ਜੀ, ਅਸੀਂ ਆਏ ਹੋਏ ਤੇ ਹੁਣ ਗੋਬਿੰਦਗੜ੍ਹ, ਤੇ ਆਪਾਂ ਪਹੁੰਚ ਗਏ ਹੁਣ ਡੀ ਮਾਰਟ ਵਿੱਚ। ਤਾਂ ਪੂਰਾ ਰੌਣਕ ਲੱਗੀ ਪਈ ਇੱਧਰ ਸ਼ੋਪਿੰਗ ਕਰਨ ਵਾਲਿਆਂ ਦੀ। ਕਿਹੜੇ ਪਾਰਲੀ ਜੀ ਲੈਣਾ? ਦੇਖੋ ਜੀ, ਇੱਥੇ ਕਾਫੀ ਤਰ੍ਹਾਂ ਦੇ ਨਾ, ਕਿਹੜਾ ਲੱਤਾ ਹੈ? ਪਾਰਲੇ ਜੀ ਦਾ ਕਾਜੂ ਦੌਰੇ ਕਾਫੀ ਪਏ ਨੇ। ਦੇਖੋ ਜੀ, ਅਸੀਂ ਹੁਣ ਖਰੀਦਣ ਲੱਗੇ ਹਾਂ ਕਾਜੂ, ਬਦਾਮ, ਅਖਰੋਟ, ਅਤੇ ਇੱਥੇ ਕਾਫੀ ਸਾਰਾ ਸਮਾਨ ਹੈ। ਇੱਕ ਪੈਕਟ ਆਪਾਂ ਨੇ ਲੈ ਲਿਆ, ਇਹ ਲੈ ਲਾ ਕਿਲੋ ਬਦਾਮ ਲੈ ਲਾ। ਦੇਖੋ ਇੱਥੇ ਸਾਰਾ ਖਾਣ ਪੀਣ ਦਾ ਸਮਾਨ ਪਿਆ। ਤੇਰੀ ਬੜੀ ਪੈਕਿੰਗ ਲੱਗੀ ਕਿ ਛੋਟੀ? ਆ ਲੈ ਜੀ ਕਿਲੋ।
ਕਿੰਨੇ ਲੈਣੇ ਆ? ਕਿਲੋ ਹੋ ਜਾਣਗੇ ਇੱਥੇ, ਪਤਾ ਨਹੀਂ ਲੱਗਦਾ। ਆਹ ਇਹ ਉਹ ਪਰੇ ਜੋਖਦੇ ਆ। ਪਕੌੜੇ ਪਕੌੜੇ ਪਏ ਨੇ ਇੱਥੇ ਤਾਂ। ਕਿੰਨੇ ਲੱਤੇ ਆ? ਕੁੜਤੀਆਂ ਬਹੁਤ ਸੋਹਣੀਆਂ ਪਈਆਂ ਨੇ, ਕਾਟਨ ਦੀਆਂ ਤੇ ਗੂੜੇ ਗੂੜੇ ਰੰਗ ਆ। ਤੇ ਦੇਖੋ ਤੁਸੀਂ ਲੈ ਸਕਦੇ ਹੋ, ਇਹਦਾ ਦੇਖੋ ਕਿੰਨਾ ਵਧੀਆ ਕਲਰ ਹੈ। ਤੇ ਇੱਧਰ ਵੀ ਉਹਦੇ ਗਲੇ 'ਤੇ ਕਢਾਈ ਕਰੀ ਹੋਈ ਆ। ਅਤੇ ਇੱਥੇ ਸਾਰੀ ਨਾ ਕੁੜਤੀਆਂ ਕੁੜਤੀਆਂ ਪਈਆਂ ਨੇ, ਕਿੰਨੀ ਸੋਹਣੀਆਂ ਨੇ। ਇੱਕ ਤਾਂ ਇੱਕ ਪ੍ਰਿੰਟ ਨਹੀਂ ਆਉਂਦਾ, ਕਲਰ ਦੇਖੋ ਕਿੰਨਾ ਪਿਆਰਾ ਆਹ ਨੀਲੇ ਰੰਗ ਦੀ ਦੇਖੋ ਹੇਠਾਂ 'ਤੇ ਨਾ ਇਸ ਤਰ੍ਹਾਂ ਕਢਾਈ ਕਰੀ ਹੋਈ ਹੈ। ਆਪਾਂ ਤੁਹਾਨੂੰ ਇਸ ਤਰ੍ਹਾਂ ਦਿਖਾਉਂਦੇ ਹਾਂ, ਜੇ ਮੈਨੂੰ ਪਸੰਦ ਆ ਗਈ ਤਾਂ ਆਪਾਂ ਨੇ ਲੈ ਲੈਣੀ। ਦੇਖੋ ਕਿੰਨੀ ਵਧੀਆ ਲੱਗਦੀ ਹੈ ਇਸ ਤਰ੍ਹਾਂ ਦੀ। ਅਤੇ ਇੱਧਰ ਦੁਪੱਟੇ ਪਏ ਨੇ, ਦੇਖੋ ਕਿੰਨੇ ਵਧੀਆ ਵਧੀਆ ਦੁਪੱਟੇ ਪਏ ਨੇ। ਕੀ ਹੋ ਗਿਆ ਪਿਆ ਇਹਦੇ ਕੋਲ ਸਿਰ ਦੇ ਘਰਾਂ ਪਿਆ ਇਹ? ਦੋਨਾਂ ਦਾ ਸੈੱਟ ਹੈ, ਉਹੀ ਲੈ ਲੈਂਦੇ ਫਿਰ ਇਹਨੂੰ ਰੱਖ ਦਿੰਦੇ ਵਿੱਚ। ਉਹ ਸਾਰੀਆਂ ਚਾਦਰਾਂ ਹੀ ਚਾਦਰਾਂ ਪਈਆਂ ਨੇ ਇੱਧਰ। ਇਹਦਾ ਵੀ ਕਲਰ ਮੈਨੂੰ ਵਧੀਆ ਲੱਗਿਆ। ਡੱਬਾ ਹੀ ਮੈਨੂੰ ਪਸੰਦ ਆ ਬਸ।
ਇੱਧਰ ਹੋਲੀ ਦਾ ਸਮਾਨ ਪਿਆ ਕਾਫੀ ਸਾਰਾ। ਕੌਲੀਆਂ ਬਾਟੀਆਂ ਹੇਠਾਂ ਜਾਲੀ ਵਾਲਾ ਸਮਾਨ ਕਾਫੀ ਪਿਆ। ਗਲਾਸ ਦੇਖਦੇ ਹੁਣ ਅਸੀਂ ਕਿਹੜੀ ਚੀਜ਼ ਦੀ ਸ਼ੋਪਿੰਗ ਕਰਦੇ ਹਾਂ। ਇੱਧਰ ਭਾਂਡੇ ਹੀ ਭਾਂਡੇ ਪਏ ਨੇ। ਇਹ ਤਵੇ ਵੀ ਕੜਾਹੀਆਂ ਵੀ ਸੋਹਣੇ ਪਏ ਨੇ। ਇੱਥੇ ਕਾਫੀ ਚੱਪਲਾਂ ਬੂਟ ਪਏ ਨੇ। ਇਹਨਾਂ 'ਚ ਦੇਖ ਲੈ ਕਿਹੜੇ ਪਸੰਦ ਆਉਂਦੇ। ਇੱਧਰ ਦੇਖਣਾ ਮੈਂ, ਉੱਧਰ ਦੇਖਿਆ ਫਿਰ ਕਿਵੇਂ ਲੱਗੀ? ਵਧੀਆ ਲੱਗੀ। ਸਾਗ ਪਸੰਦ ਇਹਦਾ ਰੇਟ ਕਿੰਨਾ ਹੈ? 550 ਵੀ ਹੈ। 550 ਦੇਖ ਲੈਣੇ। ਐਸ ਕੇ ਸਟਾਰਟ ਰਿਕਵੈਸਟ ਹੈ। ਦੇਖ ਇੱਧਰ ਨਾ ਕੋਲੀ ਕੋਲੀ ਤੇ ਚਾਦਰਾਂ ਚਾਦਰਾਂ ਪਈਆਂ ਪੜਦੇ ਪੜਦੇ ਪਏ। ਸ਼ੋਪਿੰਗ ਕਰਨ ਲੱਗੇ ਤੇ ਹੁਣ ਦੇਖੋ ਸ਼ਾਮੇ ਹੋ ਗਈ ਹੈ। ਘਰ ਜਾਂਦਿਆਂ ਨੂੰ 7 ਵੱਜਣ ਸਾਨੂੰ
ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਾਂਗੇ ਹੁਣ ਅਗਲੀ ਵੀਡੀਓ 'ਚ, ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ।